ਉਹ ਸਕੂਲ ਨਹੀਂ ਉਹ ਜੰਗਲ ਲੱਗਦਾ ਸੀ ਹਰ ਪਾਸੇ ਮਿੱਟੀ ਕਮਰੇ ਨੇ ਤੇ ਅੱਜ ਉਹ ਪੰਜਾਬ ਦਾ ਸਭ ਤੋਂ ਸ਼ਾਨਦਾਰ ਸਕੂਲ ਹੈ ਦਿੱਲੀ ਤੋਂ মিডিਆ ਆਇਆ ਦਿੱਲੀ ਦਾ মিডিਆ ਆਇਆ ਵੱਡੇ ਵੱਡੇ ਚੈਨਲਾਂ ਦੇ মিডিਆ ਆਏ ਜਰਨਲਿਸਟ ਆਏ ਉਹ ਕਹਿੰਦੇ ਅਸੀਂ ਦਿੱਲੀ ਦੇ ਵੀ ਸਰਕਾਰੀ ਸਕੂਲ ਦੇਖੇ ਆ ਪਰ ਇਹ ਸਕੂਲ ਦਿੱਲੀ ਦੇ ਵੀ ਸਕੂਲਾਂ ਨਾਲੋਂ ਵਧੀਆ ਸਕੂਲ ਹੈ ਤੇ ਹੁਣ ਉਦਾਂ ਦੇ ਸਕੂਲ ਹਰ ਤੁਹਾਨੂੰ ਹਰ ਮਹੀਨੇ ਤੇ ਪੰਜਾਬ ਦੇ ਹਰ ਬੀਹੜਾ ਸਕੂਲਾਂ ਦੇ ਵਿੱਚ ਕਿਤੇ ਚਾਰ ਦੀਵਾਰੀ ਕਿਤੇ ਬਾਥਰੂਮ ਕਿਲੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠੂਗਾ ਪੰਜਾਬ ਦੇ ਵਿੱਚ ਹਰ ਤੀਜੇ ਸਕੂਲ ਦੇ ਵਿੱਚ ਚਾਰ ਦੀਵਾਰੀ ਨੂੰ ਤੁਸੀਂ ਵੀ ਪਿੰਡਾਂ ਵਾਲੇ ਹੋ ਤੁਹਾਨੂੰ ਪਤਾ ਕੀ ਹਾਲਾਤ ਨੇ ਹਰ ਸਕੂਲ ਦੇ ਵਿੱਚ ਅਸੀਂ ਵਾਈਫਾਈ ਦੇ ਰਹੇ ਹਾਂ ਇਸ ਕਰਕੇ ਸਿੱਖਿਆ ਕ੍ਰਾਂਤੀ ਜਿਵੇਂ ਚੱਲ ਰਹੀ ਹੈ ਉਹਦੇ ਵਿੱਚ ਹੀ ਸਾਡੇ ਮੈਕਮੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪੀੜਿਤ ਵਰਗ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਨਾ ਜੋ ਕਮਿਟਮੈਂਟ ਸੀ 12710 ਟੀਚਰ ਜਿਹੜੇ ਵਿਚਾਰੇ 35550 ਹੁਣ ਉਹਨਾਂ ਨੂੰ ਜੀ ਤਨਖਾਹ ਮਿਲਦੀ ਹੈ 15000 18000 25000 ਮੈਨੂੰ ਕਈਆਂ ਦੀ ਵੀਡੀਓਜ਼ ਆਉਂਦੀ ਹੈ ਕਹਿੰਦੇ ਜਦੋਂ ਸਾਡੇ ਖਾਤੇ 'ਚ ਪੈਸੇ ਆਉਂਦੇ ਆ ਅਸੀਂ ਹਜੇ ਤੱਕ ਸਾਡੇ ਹੰਝੂ ਰੁਕਦੇ ਨਹੀਂ ਇੰਨਾ ਲੰਬਾ ਸੰਤਾਪ ਡਾਂਗਾ ਧਰਨੇ ਪਾਣੀ ਦੀ ਬਿਛਾਰਾ ਉਹਨਾਂ ਨੂੰ ਹੁਣ ਪੂਰੀ ਪੂਰੀ ਤਨਖਾਹ ਮਿਲਣੀ ਸ਼ੁਰੂ ਹੋ ਗਈ ਹੈ ਸਲਮਾਨ ਵੱਧ ਗਿਆ ਬਹੁਤ ਇੱਜ਼ਤ ਮਾਨ ਉਹ ਇਦਾਂ ਹੀ 10000 ਤੋਂ ਵੱਧ ਟੀਚਰ ਸਾਡੇ ਮਹਿਕਮੇ 'ਚ ਭਰਤੀ ਹੋਏ ਨੇ ਤੇ ਹਜ਼ਾਰਾਂ ਦੀ ਭਰਤੀ ਇਸ ਵਕਤ ਅਧੀਨ ਹੈ ਜਾਰੀ ਹੈ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫੈਸਰਸ ਲੈਕਚਰਰਸ ਮਾਸਟਰ ਕਾਰਡਰ ਪੀਟੀਆਈ ਡিপিਆਈ ਐਲੀਮੈਂਟਰੀ ਟੀਚਰ ਇਹਨਾਂ ਦੀ ਭਰਤੀ ਹੋਰ ਨਵੀਂ ਜਿਹੜੀ ਰਿਕੁਇਜ਼ੀਸ਼ਨ ਉਹ ਤਿਆਰ ਹੈ ਜੇ ਮੁੱਖ ਮੰਤਰੀ ਸਾਹਿਬ ਨੇ ਹਮੇਸ਼ਾ ਕਿਹਾ ਕਿ ਕੋਈ ਕੋਤਾਹੀ ਨਹੀਂ ਕੋਈ ਕੁਛ ਨਹੀਂ ਕੋਈ ਪੈਸੇ ਦੀ ਘਾਟ ਨਹੀਂ ਸਿੱਖਿਆ ਦੇ ਲਈ ਜੋ ਜੋ ਵੀ ਕਰਨਾ ਪਵੇ ਪੰਜਾਬ ਦੀ এডੂਕੇਸ਼ਨ ਸਿਸਟਮ ਨੂੰ ਠੀਕ ਕਰਨ ਦੇ ਲਈ ਉਹ ਆਪਾਂ ਕਰਨਾ ਹੈ